ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਸਾਰੇ ਸੰਸਾਰ ਵਿੱਚ ਇਸ ਸਾਲ ਮਨਾਇਆ ਜਾ ਰਿਹਾ। ਕੀ ਅਸੀਂ ਦੱਸ ਪਾਏ ਹਾਂ ਦੁਨੀਆ ਨੂੰ ਕਿ ਗੁਰੂ ਨਾਨਕ ਦੇਵ ਜੀ ਹੈ ਕੌਣ ਸੀ? ਗੁਰਬਾਣੀ ਵਿੱਚ ਕੋਕਿਲ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ, ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਇਹ ਚੀਜ਼ਾਂ ਕਿਉਂ ਆਈਆਂ? ਅੰਬ ਦੇ ਨਾਲ ਗੁਰਬਾਣੀ ਦਾ ਕੀ ਰਿਲੇਸ਼ਨ ਹੈ? ਪਲਾਸ ਦਾ, ਮਹੂਏ ਦਾ, ਢੱਕ ਦਾ, ਮਹਿੰਦੀ ਦਾ, ਇਹਨਾਂ ਸਾਰਿਆਂ ਦਾ ਗੁਰਬਾਣੀ ਵਿੱਚ ਵਰਣਨ ਆ ਰਿਹਾ, ਪਰ ਇਹਨਾਂ ਬੂਟਿਆਂ ਬਾਰੇ, ਉਸ ਗੁਰਬਾਣੀ ਦੀਆਂ ਤੁਕਾਂ ਬਾਰੇ ਅਸੀਂ ਸੰਸਾਰ ਤੱਕ ਕੋਈ ਸੁਨੇਹਾ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਜੀ ਇਹ ਕੁਦਰਤ ਨੂੰ ਪ੍ਰੇਮ ਕਰਨ ਬਾਰੇ, ਇੱਕ ਦੂਰਦ੍ਰਿਸ਼ਟੀ ਵਾਲੇ ਗੁਰੂ ਜੀ ਸਨ ਸਾਡੇ, ਅਤੇ ਕਿਵੇਂ ਦੁਨੀਆ ਦਾ ਭਲਾ ਕਰਨਾ ਚਾਹੁੰਦੇ ਸੀ? ਇਹਨਾਂ ਸਾਰਿਆਂ ਗੱਲਾਂ ਦਾ ਸਵਾਲ ਜਿਹੜਾ ਈਕੋਸਿਕ ਅਤੇ ਪੈਟਲਸ ਪਤੋ ਹੀਰਾ ਸਿੰਘ ਦੀ ਜਿਹੜੀ ਸੁਸਾਇਟੀ ਹੈ, ਇਹ ਗੁਰੂ ਨਾਨਕ ਬਾਗ ਦੇ ਰੂਪ ਵਿੱਚ ਇਹਨਾਂ ਦਾ ਜਵਾਬ ਲੈ ਕੇ ਅਸੀਂ ਆਏ ਹਾਂ। ਗੁਰੂ ਨਾਨਕ ਬਾਗ ਇੱਕ ਅਜਿਹਾ ਬਾਗ ਹੈ ਜਿੱਥੇ ਗੁਰਬਾਣੀ ਵਿੱਚ ਅੰਕਿਤ ਸਾਰੇ ਰੁੱਖਾਂ ਦਾ, ਬੂਟਿਆਂ ਦਾ ਸੰਗ੍ਰਹਿ ਕੀਤਾ ਜਾ ਰਿਹਾ 5 ਏਕੜ ਜ਼ਮੀਨ ਦੇ ਉੱਪਰ, ਅਤੇ ਨਾਲ ਗੁਰਬਾਣੀ ਦੀਆਂ ਤੁਕਾਂ, ਬੋਟੈਨੀਕਲ ਨੇਮ, ਉਹਦੇ ਕਾਮਨ ਨੇਮਸ ਰੁੱਖਾਂ ਦੇ ਜਿਹੜੇ ਦਿੱਤੇ ਜਾਣਗੇ। ਇੱਥੇ ਸਾਰੀਆਂ ਪ੍ਰਜਾਤੀਆਂ ਜੋ ਗੁਰਬਾਣੀ ਵਿੱਚ ਜਿਨ੍ਹਾਂ ਦੇ ਫਰਮਾਨ ਆਏ ਨੇ, ਉਹ ਸਾਰੀਆਂ ਪ੍ਰਜਾਤੀਆਂ ਇੱਥੇ ਲਗਾਈਆਂ ਜਾ ਰਹੀਆਂ। ਸੋ ਗੁਰੂ ਨਾਨਕ ਦੇਵ ਜੀ ਦੀ ਦੂਰਦ੍ਰਿਸ਼ਟੀ ਦਾ ਜੇ ਸੁਨੇਹਾ ਅਸੀਂ ਸਾਰੀ ਦੁਨੀਆ ਵਿੱਚ ਪਹੁੰਚਾਉਣਾ, ਹਰ ਧਰਮ ਵਿੱਚ, ਹਰ ਜਾਤ ਵਰਗ ਵਿੱਚ, ਅਤੇ ਹਰ ਸਾਇੰਸਦਾਨ ਨੂੰ ਜੇ ਇਹ ਦੱਸਣਾ ਕਿ ਗੁਰੂ ਨਾਨਕ ਦੇਵ ਜੀ ਦੀ ਦੂਰਦ੍ਰਿਸ਼ਟੀ ਅਤੇ ਕਲਾਈਮੇਟ ਚੇਂਜ ਨੂੰ ਕੰਬੈਟ ਕਰਨ ਵਾਸਤੇ ਉਹਨਾਂ ਦੀਆਂ ਥੋਟਸ ਕੀ ਸੀ, ਤਾਂ ਗੁਰੂ ਨਾਨਕ ਬਾਗ ਸਾਨੂੰ ਆਉਣਾ ਜ਼ਰੂਰੀ ਹੈ, ਇਸ ਨੂੰ ਡਿਵੈਲਪ ਕਰਨਾ ਜ਼ਰੂਰੀ ਹੈ। ਆਓ ਗੁਰੂ ਨਾਨਕ ਬਾਗ ਦੇ ਨਾਲ ਜੁੜੀਏ। ਦੋਸਤੋ, ਕੁਦਰਤ ਨਾਲ ਜੁੜਨ ਲਈ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ ਹੈ, ਅਤੇ ਅਸੀਂ ਉਸੇ ਗੱਲ 'ਤੇ ਪਹਿਰਾ ਦਿੰਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਅਸੀਂ ਗੁਰੂ ਨਾਨਕ ਬਾਗ ਸਮਰਪਿਤ ਕੀਤਾ, ਹੋਰ ਵੀ ਬੜੇ ਪਲਾਂਟਸ ਜਿਹੜੇ ਹੈਗੇ ਅਸੀਂ ਪਲਾਂਟ ਕੀਤੇ ਆ, ਜਿਹੜੇ ਬਟਰਫਲਾਈਜ਼ ਨੂੰ ਅਟਰੈਕਟ ਕਰਦੇ ਆ, ਜਿਹੜੇ ਹੈਬੀਟੈਟ ਬਣਦੇ ਆ, ਜਿਹੜੇ ਰੈਪਟਾਈਲਸ ਦੇ ਲਈ ਹੈਬੀਟੈਟ ਆ, ਵਾਟਰ ਬਰਡਸ ਦੇ ਲਈ ਅਸੀਂ ਵਾਟਰ ਬਾਡੀ ਬਣਾਈ ਆ, ਜਿਹੜੇ ਦੂਸਰੇ ਬਰਡਸ ਦੇ ਲਈ ਉਹਨਾਂ ਨੂੰ ਹੈਬੀਟੈਟ ਦੇਣ ਦੇ ਲਈ ਅਸੀਂ ਡਿਫਰੈਂਟ ਕਾਇੰਡ ਆਫ ਜਿਹੜੀਆਂ ਸ਼ਰਾਬਸ, ਡਿਫਰੈਂਟ ਕਾਇੰਡ ਆਫ ਟਰੀਜ਼, ਜਿਹੜੇ ਜਿੱਥੋਂ ਉਹਨਾਂ ਨੂੰ ਫੂਡ ਮਿਲਣਾ, ਜਿੱਥੇ ਉਹਨਾਂ ਨੇ ਆਲਣੇ ਬਣਾਉਣੇ ਆ, ਉਹ ਅਸੀਂ ਸਾਰੇ ਪਲਾਂਟ ਕੀਤੇ ਆ ਜਾਂ ਕਰਨ ਜਾ ਰਹੇ ਹਾਂ। ਜਿਹੜੀਆਂ 30% ਦੇ ਕਰੀਬ ਸਪੀਸੀਜ਼ ਰਹਿ ਗਈਆਂ ਨੇ, ਚੱਲਣ ਦੇ ਲਈ ਅਸੀਂ ਸਾਰੇ ਨੂੰ ਪਲੈਨ ਇੱਦਾਂ ਡਿਜ਼ਾਈਨ ਕੀਤਾ ਹੈਗਾ ਕਿ ਵਾਕਵੇਜ਼ ਦਿੱਤੇ ਆ, ਉਹਨਾਂ ਨੂੰ ਨੈਚੁਰਲ ਰੱਖਿਆ ਹੋਇਆ, ਕੋਈ ਇੱਥੇ ਅਸੀਂ ਪੱਥਰ ਨਹੀਂ ਲਾ ਰਹੇ, ਉਹਦਾ ਕੰਮ ਅਬਾਊਟ 80% ਕੰਪਲੀਟ ਹੋ ਚੁੱਕਿਆ। ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਇੱਕ ਕਰੋਪ ਸੈਕਸ਼ਨ ਆ, ਜਿਹ 'ਚ ਜਿਨ੍ਹਾਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰੋਪਸ ਦਾ ਜ਼ਿਕਰ ਆ, ਉਹ ਸਾਰੀਆਂ ਅਸੀਂ ਬਾਂਟ ਕਰ ਰਹੇ ਹਾਂ। ਉਸ ਤੋਂ ਬਿਨਾਂ ਜਿਹੜਾ ਸਿਵਲ ਦੇ ਕੰਮ ਨੇ, ਖਾਸ ਕਰਕੇ ਜਿਹੜੀਆਂ ਡਿਫਰੈਂਟ ਸਿਟਿੰਗ ਨੇ, ਆਲਰੇਡੀ ਓਪਨ ਸਿਟਿੰਗ ਦਾ ਕੰਮ ਕੰਪਲੀਟ ਹੋ ਚੁੱਕਿਆ, ਕਵਰਡ ਸਿਟਿੰਗ ਜਿਹਨੂੰ ਅਸੀਂ ਪੰਜਾਬੀ 'ਚ ਛੰਨਾ ਕਹਿ ਦਿੰਦੇ ਹਾਂ, ਗਜ਼ੀਬੋ ਜਾਂ ਹੱਟ ਹੈ, ਉਹਦੀ ਸਾਰੀ ਅਸੀਂ ਫਾਈਨਲ ਕਰ ਚੁੱਕੇ ਹਾਂ, ਵਿਦਇਨ ਮੰਥ ਔਰ ਦੋ ਦੇ ਵਿੱਚ ਅਸੀਂ ਕੰਪਲੀਟ ਕਰ ਦੇਣਾ। ਇਸ ਤਰ੍ਹਾਂ ਦਾ ਜਿਹੜਾ ਬਗੀਚਾ ਬਣਾ ਰਹੇ ਹਾਂ, ਜਿਹੜਾ ਕਿ ਇੱਕ ਛੋਟੇ ਛੋਟੇ ਜਿਹੜੇ ਕੀੜੇ ਕੀੜੀਆਂ, ਇਨਸੈਕਟ ਤੋਂ ਲੈ ਕੇ ਜਿਹੜੇ ਬਰਡਸ, ਰੈਪਟਾਈਲ, ਸਾਰਿਆਂ ਦਾ ਜਿਹੜਾ ਇੱਕ ਰਹਿਣ ਬਸੇਰਾ ਬਣੇ, ਅਤੇ ਪਲੱਸ ਸਾਡੇ 'ਤੇ ਕਲੰਕ ਲੱਗ ਰਿਹਾ ਕਿ ਪੰਜਾਬ ਬੰਜਰ ਹੋ ਰਿਹਾ, ਇੱਥੋਂ ਗ੍ਰੀਨਰੀ ਘੱਟ ਰਹੀ ਆ, ਤਾਂ ਅਸੀਂ ਫੋਰੈਸਟ ਕਵਰ ਦੇ ਵਿੱਚ ਅਸੀਂ 29ਵੇਂ ਸਥਾਨ 'ਤੇ ਆ, 29 ਸਟੇਟਸ ਦੇ ਵਿੱਚੋਂ, ਅਤੇ ਜੇ ਅਸੀਂ ਉਹ ਕਲੰਕ ਧੋਣਾ ਤਾਂ ਸਾਨੂੰ ਇਹੋ ਜਿਹੇ ਕਾਰਜ ਸਾਰਿਆਂ ਨੂੰ ਕਰਨੇ ਪੈਣੇ ਆ, ਅਤੇ ਆਲਰੇਡੀ ਅਸੀਂ ਲੱਗੇ ਹੋਏ ਹਾਂ। ਜਿੱਦਾਂ ਜਿੱਦਾਂ ਹੁਣ ਚੀਜ਼ ਵੱਧਦੀ ਜਾਂਦੀ ਹੈ, ਇੱਕੋ ਸਿੱਖ ਵਾਲੀ ਸਪੋਰਟ ਆ ਰਹੀ ਆ, ਸੰਗਤਾਂ ਵਾਲੀਆਂ ਸਪੋਰਟ ਆ ਰਹੀ ਆ, ਅਤੇ ਇਹਨਾਂ ਚੀਜ਼ਾਂ ਨੂੰ ਕਾਮਯਾਬ ਕਰਨ ਵਾਸਤੇ ਹਰ ਇੱਕ ਬੰਦੇ ਦੀ ਤਨ ਮਨ ਧਨ ਦੀ ਸਾਨੂੰ ਜ਼ਰੂਰਤ, ਹੈਲਪ ਦੀ ਜ਼ਰੂਰਤ ਆ, ਤੁਹਾਡੇ ਯੋਗਦਾਨ ਦੀ ਜ਼ਰੂਰਤ ਆ, ਤੁਹਾਡੀਆਂ ਸਲਾਹਾਂ ਦੀ ਜ਼ਰੂਰਤ ਆ। ਬਲਿਹਾਰੀ ਕੁਦਰਤ ਵਸਿਆ ਦੇ ਨਾਮ ਦੇ ਨਾਲ ਆਪਾਂ ਇਹ ਸਾਰੇ ਯੋਗਦਾਨ ਪਾ ਕੇ ਇਸ ਚੀਜ਼ ਨੂੰ ਅੱਗੇ ਵਧਾਈਏ। ਸੋ ਜਦੋਂ ਵੀ ਅਸੀਂ ਬਾਹਰ ਜਾਈਦਾ, ਕਿਸੇ ਵੀ ਮੁਲਕ ਜਾਈਦਾ, ਚਾਹੇ ਇੰਗਲੈਂਡ ਜਾਈਏ, ਅਮਰੀਕਾ ਜਾਈਏ, ਕੈਨੇਡਾ ਮੈਂ ਗਿਆ ਵਾਂ, ਪੰਜਾਬ ਵਿੱਚ ਵੀ ਦੇਖੀਦੇ, ਹਰ ਪਾਸੇ ਹਰੇਕ ਸਿੱਖ ਨੂੰ ਇੱਕੋ ਹੀ ਥਾਟ ਹੁੰਦੀ ਹੈ ਕਿ ਸਾਡੇ ਬੱਚੇ ਸਿੱਖੀ ਨਾਲੋਂ ਟੁੱਟ ਰਹੇ, ਗੁਰਬਾਣੀ ਨਾਲੋਂ ਟੁੱਟ ਰਹੇ ਆ। ਇਸ ਬਾਗ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਦਾ ਪ੍ਰਦਰਸ਼ਨ ਕੀਤਾ ਜਾਣਾ, ਜਿਹੜੀ ਕਿ ਹਰੇਕ ਬੂਟੇ ਦੇ ਨਾਲ ਰਿਲੇਟਡ ਹੈ। ਪੱਥਰਾਂ ਉੱਤੇ ਉਹਨਾਂ ਦੇ ਬੋਟੈਨੀਕਲ ਨੇਮ, ਉਹਨਾਂ ਦੇ ਕਾਮਨ ਨੇਮਸ ਦਿੱਤੇ ਜਾਣਗੇ। ਸੋ ਸਿੱਖੀ ਨਾਲ ਕਨੈਕਟ ਕਰਨ ਦਾ, ਆਪਣੀ ਯੂਥ ਨੂੰ ਅਤੇ ਆਪਣੇ ਬੱਚਿਆਂ ਨੂੰ, ਆਪਣੀ ਪਨੀਰੀ ਨੂੰ ਕਨੈਕਟ ਕਰਨ ਦਾ, ਇਹ ਬੜਾ ਇੱਕ ਨਵੇਕਲਾ ਢੰਗ ਹੈ। ਸੋ ਗੁਰੂ ਨਾਨਕ ਬਾਗ ਇਜ਼ ਵੈਰੀ ਇੰਪੋਰਟੈਂਟ ਫੋਰ ਇੰਟਾਇਰ ਕਮਿਊਨਿਟੀ, ਸਾਡੇ ਬੱਚਿਆਂ ਲਈ ਅਤੇ ਸਾਡੇ ਫਿਊਚਰ ਲਈ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ। ਅਤੇ ਮੈਂ ਕਹਿਣਾ ਚਾਹੁੰਦਾ ਕਿ ਜਿੱਥੇ ਹਜੇ ਤੱਕ ਕੈਨੇਡਾ ਦੀ ਸੰਗਤ ਨੇ ਅਤੇ ਹੋਰ ਪਾਸੇ ਸੰਗਤਾਂ ਨੇ ਇਹਦੇ ਵਿੱਚ ਸਹਿਯੋਗ ਬਖਸ਼ਿਆ, ਆਉਣ ਵਾਲੇ ਸਮੇਂ 'ਚ ਸਾਡਾ ਕਰੀਬ 22 ਤੋਂ 25 ਲੱਖ ਦਾ ਖਰਚਾ ਜਿਹੜਾ ਬਾਕੀ ਹੈ, ਇਹਦੇ 'ਚ ਛੰਨਾਂ ਵੀ ਲੱਗਣੀਆਂ, ਹੋਰ ਰੁੱਖਾਂ ਦੀ ਵੀ ਗਿਣਤੀ ਵਧਾਉਣੀ ਹੈ, ਪੱਥਰਾਂ ਉੱਤੇ ਗੁਰਬਾਣੀ ਦੇ ਹੋਰ ਜਿਹੜੇ ਬੋਟੈਨੀਕਲ ਨੇਮ ਸਾਰੇ ਅੰਕਿਤ ਕੀਤੇ ਜਾਣੇ ਹੈ, ਸੋਲਰ ਸਿਸਟਮ ਵੀ ਲੱਗਣੇ ਨੇ, ਸਾਊਂਡ ਸਿਸਟਮ ਵੀ ਲੱਗਣੇ, ਲਾਈਟਸ ਵੀ ਲੱਗਣੀਆਂ, ਟੋਇਲਟਸ ਦੀ ਕੰਸਟਰਕਸ਼ਨ ਚੱਲ ਰਹੀ ਹੈ, ਇਨਫੋਰਮੇਸ਼ਨ ਲਈ ਇਨਫੋ ਆਫਿਸ ਬਣਨਾ, ਅਤੇ ਇਨਫੋਰਮੇਸ਼ਨ ਮਟੀਰੀਅਲ ਵੀ ਜਿਹੜਾ ਅਸੀਂ ਸਾਰੀ ਦੁਨੀਆ 'ਚ ਪਹੁੰਚਾਉਣਾ ਅਤੇ ਵੈਬਸਾਈਟ ਦੇ ਉੱਤੇ ਵੀ ਰਿਲੀਜ਼ ਕਰਨਾ, ਇਹ ਸਾਰਿਆਂ ਦਾ ਖਰਚਾ ਕਰੀਬ 22 ਤੋਂ 25 ਲੱਖ ਰੁਪਏ ਜਿਹੜਾ ਹਜੇ ਪੈਂਡਿੰਗ ਹੈ। ਸੋ ਸਾਰੇ ਕਿਉਂ ਨਾ ਇਹਦੇ ਵਿੱਚ ਹਮਲਾ ਮਾਰੀਏ, ਰਲ ਕੇ ਸਹਿਯੋਗ ਕਰੀਏ, ਅਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਹ ਬਾਗ ਬਣ ਰਿਹਾ, ਇਸ ਸੁਪਨੇ ਨੂੰ ਸਾਕਾਰ ਕਰੀਏ। ਆਓ, ਜਿੱਥੇ ਵੀ ਤੁਸੀਂ ਬੈਠੇ ਹੋ, ਤੁਸੀਂ ਡੋਨੇਟ ਕਰ ਸਕਦੇ ਹੋ ਔਨਲਾਈਨ, ਜਾਂ ਨਿੱਜੀ ਤੌਰ 'ਤੇ ਤੁਸੀਂ ਪੱਤੋ ਹੀਰਾ ਸਿੰਘ ਸੁਸਾਇਟੀ ਸੁਖਚੈਨ ਵੀਰ ਜੀ ਨਾਲ ਕੰਟੈਕਟ ਕਰਕੇ, ਜਿਹੜਾ ਨੰਬਰ ਤੁਹਾਡੇ ਦਿੱਤਾ ਗਿਆ ਸਕਰੀਨ 'ਤੇ, ਇੱਥੇ ਕੰਟੈਕਟ ਕਰਕੇ ਆਪ ਵੀ ਇਨਫੋਰਮੇਸ਼ਨ ਲੈ ਕੇ ਨਿੱਜੀ ਤੌਰ 'ਤੇ ਇੱਥੇ ਮਾਇਕ ਸਹਾਇਤਾ ਭੇਜ ਸਕਦੇ ਹੋ।
ਤੁਹਾਡੇ ਸਾਰਿਆਂ ਦੇ ਨਾਲ ਹੀ ਇਹ ਸੁਪਨਾ ਅਸੀਂ ਲੈ ਕੇ ਚੱਲੇ ਹਾਂ ਅਤੇ ਤੁਹਾਡੇ ਸਹਿਯੋਗ ਨਾਲ ਹੀ ਇਹ ਸੁਪਨਾ ਅਸੀਂ ਸਾਕਾਰ ਕਰਨਾ। ਤੁਹਾਡਾ ਸਾਰਿਆਂ ਦਾ ਗੁਰੂ ਨਾਨਕ ਬਾਗ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।